गुड मॉर्निंग जी सारे की हाल चाल सब चढ़ती कला विच गाइस अपना है अज मलेशिया की टूर का तीजा दिन तो आप घरों तैयार शैर हो गए तो पहुँच गए बार से अपन फोन किया बापू जी उन्होंने तो नाल अपना ब्रदर लियो सानू चाह तो किया इनवाइट करा ब्रेकफास्ट बैठ के तो फिर उस तो बाद चलेंगे इन्हों के दूजे स्क्वाडर में इन्होंने तीन स्क्वाडर काम करते हैं तो जिथे आप बैठे हैं तुम्हें यह भी आप जानकारी दें जिथे आप बैठे हैं भी ये अपना एक भरा पाकिस्तान तो ने इना बेंजीन आई का काम इन्हों का सारा अपने मालिक साहब ने सत श्रीकाल भाई थोड़ा तो इन्हों का पंप है भाई उन्होंने अपना तो ये बार इन्हों की ठेके तो लत्ती हुई है तो आप बैठ के चाह पानी पीवेंगे आप चलते हैं चाह पीने तो बाद मिलते दूजे स्पादरे उन्होंने करते हैं गल बात ओके मिलने बह जा थले फिर उपर छत खड़ जा टोंकी लाके पहुंचे हुए कितने टाइम लगे थे पहुंचे कितने महीने हो गए डेढ़ महीना हो गया और काम का चली जाता वधिया हाँ जी काम कार हुण बहुत वधिया चली जाता बाबी दी मेहर ना ठीक है ठीक है ठीक है बापू तंग तो नहीं करता बहुत ना 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 बहुत कुत्ता वांग रखते हैं तंग नहीं करते ठीक है ठीक है ठीक है और माझे दी मजाल की हाल चाल ने करदी करा हां पूरे वधिया ठीक ठाक नहीं बनिया भैया इथे ना सही है सही है सही है वधिया वधिया चमकौर से भाई अपने एरिया ते हां जी हां जी हुण फिर रोटी टाइम लंच टाइम होए हुण छगले पछदा पानी हां जी छगला छगला ठीक है ठीक है बस लगनी तैयारी है हुण रेस्ट किन टाइम करदे इथे ਆਪਾਂ 12 ਵਜੇ ਕਰਦੇ ਕੋਈ 10 ਵਜੇ ਪਹੁੰਚਾ ਹੁੰਦਾ 10 ਟਾਈਮ 10 ਮਿੰਟ ਅੱਛਾ ਜੀ 12 ਵਜੇ ਤੱਕ ਅੱਧਾ ਘੰਟਾ ਠੀਕ ਹੈ ਠੀਕ ਹੈ 10 ਮਿੰਟ ਹਾਂਜੀ ਇਹ 4:30 ਛੁੱਟੀ ਠੀਕ ਹੈ ਪੈਸੇ ਪੂਰੇ ਵਧੀਆ ਬਣ ਜਾਂਦੇ ਨਾ ਬਹੁਤ ਵਧੀਆ ਬਣ ਜਾਂਦੇ ਕਿ ਮੁੰਡੇ ਪੁੱਛਦੇ ਨਾ ਮੈਂ ਕਮੈਂਟਾਂ ਦੇ ਵਿੱਚ ਪੁੱਛਦੇ ਆਪਾਂ ਨੂੰ ਕਹਿੰਦੇ ਵੀ ਦੱਸੋ ਜਿਹੜੇ ਮੁੰਡੇ ਅੰਗੂਰਾਂ ਦੇ ਕੰਮ ਕਰਦੇ ਸੈਲਰੀ ਕਿੱਦਾਂ ਬਣਦੀ ਆ ਬਹੁਤ ਵਧੀਆ ਕਿੰਨੀ ਪੇਮੈਂਟ ਮਿਲਦੀ ਆ ਸਭ ਵਧੀਆ ਬਸ ਚੱਲੀ ਜਾਂਦਾ ਗੁਜ਼ਾਰਾ ਵਧੀਆ ਬਹੁਤ ਵਧੀਆ ਚੱਲੀ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਤੇ ਸਰ ਨੂੰ ਆਪਾਂ ਕਹਿੰਦੇ ਆ ਵੀ ਮੁੰਡੇ ਜਿਹੜੇ ਆਉਣਾ ਚਾਹੁੰਦੇ ਆ ਸਕਦੇ ਆ ਇੱਥੇ ਵਧੀਆ ਆ ਸਕਦੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ चलो वधिया 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 अज मौसम भी काफी ज्यादा खराब होया ना एन इंडिया वांग धुंध लगी पई देखो तुसीं सारे पासे उधर गल बात कोई पता ही गल ज्यादा शौक होता भी गलत काम हो जाता सब तो वधिया गल तो यह टाइम पास हो जाता वधिया नाले काम करदे करदे पेपर पुपर सारे खुल जाने जो पेपर खोलने जो बंद इतने रहने भरा सकते हैं इंडिया से आना भरा सकते हैं मतलब हर एक सारा कुछ खुला ओपन करता उन्होंने पर पहल उरे बंद जो बंद इतने कच्चे पक्के करने वास्ते पहल है चौथे साल तैयार किया
ਮੈਂ ਕਰਾ ਫੋਨ ਕਰਿਆ ਫੋਨ ਕਰਕੇ ਮੈਂ ਚਾਓ ਚਾਓ ਚ ਦੱਸਾਂ ਮੈਂ ਕੰਮ ਆਪਣਾ ਮਿੱਟੀ ਵਾਲਾ ਹੀ ਆ ਉਹਦੇ ਖੇਤਾਂ ਦਾ ਪਰ ਉਹਦੇ ਬੂਟ ਦਿੰਦੇ ਆ ਦਸਤਾਨੇ ਦਿੰਦੇ ਆ ਸੌਖਾ ਹੀ ਬਹੁਤ ਆ ਤਿੰਨ ਸਾਲ ਪੂਰੇ ਲੱਗਦੇ ਚੌਥੇ ਸਾਲ ਬੂਟ ਆਉਂਦੇ ਫਿਰ ਚਾਰ ਸਾਲ ਵੇਸਟ ਹੀ ਹੁੰਦੇ ਮਾਲਕ ਦੇ ਤਾਂ ਨਾ ਜੇ ਤੋਂ ਪੈ ਜਾਂਦਾ ਜਿਹੜਾ ਪੈ ਜਾਂਦਾ ਨਾ ਚਾਰ ਸਾਲ ਇੱਕ ਹੈਕਟੇਅਰ ਤਿਆਰ ਕਰਨ ਨੂੰ 50000 ਚੂਰੋ ਦਾ ਖਰਚਾ 50000 ਟਰੈਕਟਰ ਦਾ ਬੂਟਿਆਂ ਦਾ ਸਰੀਏ ਦਾ 50000 ਚੂਰੋ ਲੱਗਦਾ ਇੱਕ ਹੈਕਟੇਅਰ ਦਾ ਫਿਰ ਮੇਰੇ ਹਿਸਾਬ ਨਾਲ ਉਹਦੇ ਅਗਲੇ ਸਾਲ ਜਦ ਪ੍ਰੋਡਕਸ਼ਨ ਆਉਂਦੀ ਹੋਣੀ ਹੈ ਫਿਰ ਤਿੰਨ ਸਾਲ ਨਹੀਂ ਹੋਣੀ ਜੀ ਚੌਥੇ ਸਾਲ ਜਾ ਕੇ ਕੂਰਬਾ ਬਣਨਾ ਫਿਰ ਤਿਆਰ ਹੋਣਾ ਫਿਰ ਫਲ ਲੱਗਣਾ ਸ਼ੁਰੂ ਹੋਣਾ ਗੜੇ ਗੁੜੇ ਖਰਾਬ ਹੋ ਗਿਆ ਖਤਮ ਹੋ ਗਿਆ ਮਾਰ ਬਹੁਤ ਪਈ ਆ ਬੁੱਕ ਕਰ ਲੈਂਦੇ ਆ ਇੰਨੇ ਹੈਕਟੇਅਰ ਸਮਾਨ ਸਾਡਾ ਹਨਾ ਹੁੰਦਾ ਜੇ ਆਪਾਂ ਕਿਸੇ ਦੇ ਸਿੱਟਣਾ ਮੇਰੇ ਕੋਲ ਕੋਟਾ ਆ ਜਾਣਾ 2000 ਦਾ ਵੀ 2000 ਕੁਇੰਟਲ ਤੈਂ ਸਿੱਟਣਾ 2000 ਦਾ ਤੈਂ ਸਿੱਟਣਾ 2000 ਦਾ ਤੁਸੀਂ ਸਿੱਟਣਾ ਠੀਕ ਹੈ ਇਹਨਾਂ ਨੇ ਸਿੱਟਣਾ ਇੱਦਾਂ ਕੰਟੀਨ ਨੇ ਉਹ ਆਪਣੇ ਜਿੰਨੇ ਇਹਨਾਂ ਕੋਲ ਡਰੰਮ ਹੈ ਉਸ ਹਿਸਾਬ ਨਾਲ ਇਹਨੇ ਕਲਾਇੰਟ ਫਿਕਸ ਕਰਨੇ ਆਪਣੇ ਅੱਛਾ ਕਿ ਨਹੀਂ ਹੁਣ ਮੈਂ ਕਲਾਇੰਟ ਲੈ ਲਵਾਂ 10 ਜਗ੍ਹਾ ਮੇਰੇ ਕੋਲ ਹੋਵੇ ਨਾ ਸਿੱਟਣ ਦੀ ਕਿ ਨਹੀਂ ਸਰਕਾਰ ਦੀ ਡਿਊਟੀ ਹੁੰਦੀ ਹੈ ਕਿ ਪ੍ਰਾਈਵੇਟ ਨਹੀਂ ਜਿਹੜੇ ਇੱਕ ਕੋਤੇ ਉਹਨੂੰ ਮਿਲਦੇ ਆ ਜਿਹੜੇ ਸੁਚਾਲੇ 'ਚ ਸਿੱਟਦੇ ਆ ਸਰਕਾਰੀ 'ਚ ਹੁਣ ਇਹਨਾਂ ਦਾ ਆਪਣਾ ਇਹਨਾਂ ਦਾ 1 ਰੁਪਏ ਦਾ ਅੰਗੂਰ ਬਾਹਰ ਨਹੀਂ ਜਾਂਦਾ ਅੱਛਾ ਇਹਨਾਂ ਦੀ ਕੰਟੀਨਾ ਸਾਹਮਣੇ ਤੁਹਾਨੂੰ ਦਿਖਾਉਣਾ ਨੇੜੇ ਦੇ ਵੀ ਸਾਰੀ ਪ੍ਰੋਡਕਸ਼ਨ ਆਪ ਹੀ ਕਰਦੇ ਆ ਆਪ ਹੀ 100 ਡਰਮ ਵੀ ਛੋਟਾ ਹੁੰਦਾ 100 ਡਰਮ ਵੀ ਛੋਟਾ ਐਡਾ ਕੰਟੀਨਾ ਐਡਾ ਕੰਟੀਨਾ ਬਹੁਤ ਬੜਾ ਕੰਟੀਨਾ ਇਸੇ ਇਹਨਾਂ ਦਾ ਮੇਨ ਹੈ 1100 ਹੈਕਟੇਅਰਾਂ ਦੇ ਮਾਲਕ ਹੈ ਇਹ 1100 ਬਾਕੀ ਇਹਨਾਂ ਦਾ ਕੰਮ ਜ਼ਿਆਦਾ ਫਰੇਂਸੇ ਸਾਈਡ ਆ ਇੱਥੇ ਇਹਨਾਂ ਦਾ 200 ਹੈਕਟੇਅਰ ਜਿਹੜਾ 200 ਸਾਰਾ ਆਪਣੇ ਕੋਲੇ ਆ ਉਰੇ ਅੱਛਾ ਹਾਂ ਇਹਨਾਂ ਦਾ ਸਾਰਾ ਆਪਾਂ ਹੀ ਕਰਦੇ ਆ ਉਰੇ ਵੀ ਪੋਰਟੋਗਵਾਰੋ ਵੀ ਮੋਤੇ ਵੀ ਸਾਰਾ ਆਪਣੇ ਕੋਲੇ ਇਹਨਾਂ ਦਾ ਉਰੇ ਉਂਝ ਜਿਹੜੇ ਅਸਲੀ ਮਾਲਕ ਆ ਅਮਰੀਕਾ 'ਚ ਰਹਿੰਦੇ ਅੱਛਾ ਤੇ 1100 ਹੈਕਟੇਅਰ ਜ਼ਮੀਨ ਹੈ ਇਹਨਾਂ ਕੋਲ ਆਪ ਦੀ ਇੰਡੀ ਦਾ ਤਿੰਨ ਲਗਭਗ 3000 ਕਿੱਲਾ ਨਾ ਚੇਕ ਕਰ 3000 ਕਿੱਲਾ ਹੋਇਆ ਅੱਜ ਲੱਗਿਆ ਮੁੰਡੇ ਪੱਟਣ ਵਾਸਤੇ ਸਰੀਏ ਮੈਨੂੰ ਪ੍ਰੋਬਲਮ ਹੋ ਗਈ ਮਲਤੀਆ ਲੱਗ ਗਿਆ ਤੇ ਹੁਣ ਪੱਟ ਕੇ ਨਵਾਂ ਪ੍ਰੋਸੇਕੋ ਦੇ ਖੇਤ ਲਾਵਾਂਗੇ ਇੱਥੇ ਠੀਕ ਹੈ ਇਧਰਲੇ ਪਾਸੇ ਵੀ ਸਾਰੇ ਪੱਟਦੇ ਨੇ ਹੁਣ ਕੱਲ ਨੂੰ ਟਰੈਕਟਰਾਂ ਦੀ ਲਬੋਰ ਸ਼ੁਰੂ ਹੋ ਜਾਣੀ ਇਹਦੇ ਵਿੱਚ ਠੀਕ ਆ ਸਰੀਏ ਪੱਟਦੇ ਨੇ ਇਹਨੂੰ ਬਿਮਾਰੀ ਲੱਗੀ ਕਿਹੜੀ ਅੰਗੂਰਾਂ ਨੂੰ ਫਿਰ ਕਿੱਦਾਂ ਪਤਾ ਲੱਗਦੇ ਬਿਮਾਰੀ ਲੱਗੀ ਇਹਨਾਂ ਨੂੰ ਲਾ ਲਓ ਵੀ ਇੱਕ ਤਾਂ ਜਾਂ ਤਾਂ ਪ੍ਰੋਡਕਸ਼ਨ ਘੱਟ ਹੋਣ ਲੱਗ ਜਾਵੇ ਅੱਛਾ ਤੁਹਾਡੇ ਸਾਹਮਣੇ ਇਹਨੂੰ ਕੋਈ ਵੀ ਗੁੱਛਾ ਨਹੀਂ ਲੱਗਿਆ ਵਾ ਇੱਥੇ ਸਿਰਫ ਇੱਕ ਲੱਗਿਆ ਵਾ ਹੈਨਾ ਗੁੱਛਾ ਹੀ ਹੈ ਨਾ ਗੁੱਛਾ ਇਹ ਹੈ ਇਹ ਲੱਗ ਕੇ ਸੁੱਕ ਗਿਆ ਤਾਂ ਇਹ ਮਲਤੀ ਲੱਗ ਗਿਆ ਨਾ ਮਲਤੀ ਲੱਗਿਆ ਤਾਂ ਹੀ ਸੁੱਕਾ ਦੇਖੋ ਇਹਨੂੰ ਕੁਝ ਵੀ ਨਹੀਂ ਲੱਗਿਆ ਹੋਇਆ ਠੀਕ ਹੈ ਤਾਂ ਕਰਕੇ ਜਦ ਪ੍ਰੋਡਕਸ਼ਨ ਹੋਣੀ ਬੰਦ ਹੋ ਜਾਵੇ ਬੂਟੇ ਤੋਂ ਤਾਂ ਖਤਮ ਕਰ ਦਿੰਦੇ ਹਾਂ ਠੀਕ ਅਤੇ ਇੱਕ ਮੈਂ ਗੱਲ ਹੋਰ ਪੁੱਛਣੀ ਸੀ ਇੱਕ ਤਾਂ ਆਹ ਬੇਲ ਅੰਗੂਰਾਂ ਦੀ ਉੱਪਰ ਵਾਲੀ ਵੱਡੀ ਹੈ ਨਾ ਅਤੇ ਇੱਕ ਆਪਾਂ ਪਹਿਲਾਂ ਦੇਖ ਕੇ ਤਾਂ ਛੋਟੀ ਇਹਨਾਂ ਦੋਨਾਂ 'ਚ ਕੀ ਫਰਕ ਹੈ ਅੰਗੂਰਾਂ ਦਾ ਫਰਕ ਹੈ ਤਾਂ ਕੋਈ ਅੰਗੂਰਾਂ ਦਾ ਫਰਕ ਹੈ ਅਤੇ ਜਿਹੜੇ ਤਾਂ ਇਹ ਨੇ ਇਹ ਰਬੋਜ਼ੋ ਹੈ ਅੱਜ ਕੱਲ੍ਹ ਇਹ ਕਿਸਮ ਖਤਮ ਹੁੰਦੀ ਜਾ ਰਹੀ ਹੈ ਕੰਟੀਨੇ ਚੱਕ ਦੇਣੀ ਇਹਨੂੰ ਓਕੇ ਰਬੋਜ਼ੋ ਨੂੰ ਰਬੋਜ਼ੋ ਮਸ਼ਹੂਰ ਕਿਸਮ ਹੈ ਵਾਈਨ ਦੀ ਰੈੱਡ ਵਾਈਨ ਬਣਦੀ ਹੈ ਜੀ ਅੱਛਾ ਜੀ ਠੀਕ ਹੈ ਇਹ ਜਿਹੜਾ ਮੁਸਕਾਤੋ ਹੈ ਇਹਦੀ ਬਣਦੀ ਹੈ ਵਾਈਟ ਠੀਕ ਹੈ ਵਾਈਟ ਵਾਈਨ ਇਹਦੀ ਬਣਦੀ ਹੈ ਰੈੱਡ ਬਣਦੀ ਆ ਜਿਹਦੇ ਸਾਹਮਣੇ ਛੋਟੇ ਬੂਟੇ ਨੇ ਇਹ ਰੈੱਡ ਵਾਈਨ ਇਹ ਰੈੱਡ ਵਾਈਨ ਦੇ ਇਹਦੀ ਰੈੱਡ ਵਾਈਨ ਵੀ 4-5 ਕਿਸਮ ਦੀ ਹੈ ਮੈਰਲੋਟ ਹੁੰਦਾ ਉਹਦੇ ਵਿੱਚ ਕਾਬਰਨੇਟ ਹੁੰਦਾ ਰਬੋਜ਼ੋ ਹੁੰਦੀ ਹੈ ਵਾਈਟ ਵਾਈਨ ਦੀ ਵੀ 4-5 ਕਿਸਮਾਂ ਓਵਰਆਲ 12 ਟਾਈਪ ਦੀ ਵਾਈਨ ਬਣਦੀ ਹੈ ਪੂਰੀ ਇਟਲੀ ਦੇ ਵਿੱਚ 12 ਟਾਈਪ ਦੀ 12 ਟਾਈਪ ਦੀ ਇਕੱਲੀ ਵਾਈਟ ਬਣਦੀ ਹੈ ਤਾਂ ਰੈੱਡ ਵੀ ਸਾਰੀ ਮਿਲਾ ਕੇ ਵਾਈਟ ਮਿਲਾ ਕੇ ਸਭ ਤੋਂ ਜਿਹੜੀ ਬੈਸਟ ਕੁਆਲਿਟੀ ਦੀ ਹੈ ਪ੍ਰੋਸੇਕੋ ਹੈ ਪ੍ਰੋਸੇਕੋ ਉਹਦੀਆਂ ਵੀ ਅੱਗੇ ਆਪਣੀ ਕਿਸਮ ਹੈ ਠੀਕ ਹੈ ਇੱਕ ਹੋਰ ਕਹਿੰਦੇ ਆ ਜਿਹੜੀ ਵਾਈਨ ਇੱਕ ਸੇਕੋ ਹੁੰਦੀ ਆ ਇੱਕ ਡੋਲਚੇ ਹੁੰਦੀ ਆ ਕਿ ਫਿਰ ਜ਼ਾਂਤੇ ਹੁੰਦੀ ਆ ਉਹੀ ਤਾਂ ਹੈ ਕੁਛ ਨਹੀਂ ਹੈ ਸਿਰਫ ਸਾਲਟ ਇੱਕ ਹਲਕਾ ਜਿਹਾ ਚੇਂਜ ਹੋ ਜਾਂਦਾ ਉਹਦੇ ਵਿੱਚ ਠੀਕ ਹੈ ਤੇ ਇਹਨਾਂ ਨੂੰ ਵੀ ਲੱਗੀ ਬਿਮਾਰੀ ਇਹਨਾਂ ਬੂਟਿਆਂ ਨੂੰ ਵੀ ਇਹਨਾਂ ਬੂਟਿਆਂ ਨੂੰ ਬਿਮਾਰੀ ਲੱਗੀ ਹੋਈ ਆ ਇਹਨਾਂ ਨੂੰ ਹਾਂਜੀ ਆਹ ਸੁੱਕ ਕੇ ਸਾਰੇ ਗੁੱਛੇ ਲੱਗੇ ਅੰਗੂਰਾਂ ਦੇ ਹਨਾ ਮਲਾਤੋ ਹੋ ਗਏ ਬੂਟੇ ਜਾਂ ਕੁਛ ਵੀ ਹੁਣ ਕੁਆਤੇ ਹੁੰਦੇ ਆ ਕਈ ਵਾਰ ਗੌਰਮੈਂਟ ਵੱਲੋਂ ਵੀ ਜਿਵੇਂ
10 ਸਾਲ ਹੋ ਗਏ ਪ੍ਰੋਸੇਕੋ ਲਾਉਣ ਬੈਨ ਸੀ ਇੱਥੇ ਹੁਣ ਪਿਛਲੇ ਸਾਲ ਤੋਂ ਇਸ ਸਾਲ ਕੰਟੀਨੇ ਵਾਲਿਆਂ ਨੂੰ ਜਾਂ ਜਿਹਨਾਂ ਦੀ ਜ਼ਮੀਨ ਹੈ ਉਹਨਾਂ ਨੂੰ ਕੋਤੇ ਦੇਤੇ ਵੀ ਪ੍ਰੋਸੇਕੋ ਤੁਸੀਂ ਲਾ ਸਕਦੇ ਹੁਣ ਸਭ ਨੇ ਪ੍ਰੋਸੇਕੋ 'ਚ ਹੀ ਪੈਸਾ ਬਣਦਾ ਮਾਲਕ ਨੂੰ ਠੀਕ ਹੈ ਅਤੇ ਉਹਦੇ ਵਿੱਚ ਲੇਬਰ ਵੀ ਘੱਟ ਆਉਂਦੀ ਹੈ ਅਤੇ ਪੈਸਾ ਵੀ ਵੱਧ ਬਣਦਾ ਹੁਣ ਤਾਂ ਕਰਕੇ ਜ਼ਿਆਦਾਤਰ ਪਰਸੈਂਟੇਜ ਇੱਦਾਂ ਮਾਲਕ ਪ੍ਰੋਸੇਕੋ ਵੱਲ ਨੂੰ ਪਹਿਲ ਦਿੰਦੇ ਆ ਜਿਹੜਾ ਉਹਨਾਂ ਦੀ ਹੋਰ ਕਿਸਮ ਖੜੀ ਜਿਵੇਂ ਇਹ ਹੈ ਜਾਂ ਹੋਰ ਹੈ ਉਹਨੂੰ ਕੱਟ ਕੇ ਪ੍ਰੋਸੇਕੋ ਲੱਗਣੇ ਓਕੇ ਅਤੇ ਤੁਹਾਡੇ ਕਿੰਨੇ ਕਿੰਨੇ ਮਤਲਬ ਬੰਦੇ ਤੁਹਾਡੇ ਕੋਲ ਕੰਮ ਕਰਦੇ ਇੱਥੇ ਹੁਣ ਆਪਣੇ ਕੋਲ 35 ਬੰਦੇ ਹੋਣਗੇ 35 37 ਚਾਰ ਪੰਜ ਇੰਨੀ ਚਲੇ ਜਾਂਦੇ ਆ ਚਾਰ ਪੰਜ ਵਾਪਸ ਆ ਜਾਂਦੇ 35 ਔਰ 40 ਦੇ ਵਿੱਚ ਠੀਕ ਹੈ ਬੰਦੇ ਕੰਮ ਕਰਦੇ ਨੇ ਸਾਰਾ ਸਾਲ ਇਹ ਚੱਲਦਾ ਰਹਿੰਦਾ ਠੀਕ ਹੈ ਗਰਮੀਆਂ ਦੇ ਵਿੱਚ ਹਲਕੀ ਜਿਹੀ ਪ੍ਰੋਡਕਸ਼ਨ ਘਟਦੀ ਆ ਇਹ ਪੜਦੇ ਸਰੀ ਹੈ ਨਾ ਇਹ ਖੇਤ ਤਿਆਰ ਹੋਣਾ ਆਹ ਦੇਖੋ ਇੱਦਾਂ ਪੜਦੇ ਆ ਸਰੀਏ ਜਦੋਂ ਬੂਟਾ ਬਿਮਾਰ ਹੋ ਜਾਂਦਾ ਮਰ ਜਾਂਦਾ ਮੁਰਤ ਹੋ ਜਾਂਦਾ ਇਹ ਜਿਹੜਾ ਸਰੀਏ ਲਾਉਂਦੇ ਇਹਨੂੰ ਇਹ ਬਾਅਦ 'ਚ ਲਾਉਂਦੇ ਤਾਂ ਬੂਟਾ ਜਦ ਲਾਉਂਦੇ ਜਦੇ ਲੱਗਦੇ ਸਰੀਆ ਨਾਲੇ ਲੱਗਦਾ ਪਹਿਲਾਂ ਸਰੀਆ ਲੱਗੂਗਾ ਬੂਟਾ ਬਾਅਦ 'ਚ ਲੱਗੂਗਾ ਇਹ ਬੂਟਾ ਹੁੰਦਾ ਕਿੰਨਾ ਜਦ ਨਵਾਂ ਬੂਟਾ ਲਾਈਦਾ 6-7 ਇੰਚ ਦਾ ਬੂਟਾ ਹੁੰਦਾ ਠੀਕ ਹੈ ਉਹ ਜਦੋਂ ਨਾਲ ਵਧੀ ਜਾਣਾ ਉਹਨੇ ਆਪਾਂ ਨਾਲ ਨਾਲ ਬੰਨੀ ਜਾਣਾ ਉਹਨਾਂ ਸਰੀਆ ਪਹਿਲਾਂ ਲੱਗਣਾ ਬੂਟਾ ਬਾਅਦ 'ਚ ਲੱਗਣਾ ਫਿਰ ਬਾਅਦ 'ਚ ਇਹਦੇ ਸਪਾਕ ਨੂੰ ਬੰਨ ਦੇਣਾ ਬਾਅਦ ਵਿੱਚ ਜਿਵੇਂ ਜਿਵੇਂ ਬੂਟੇ ਨੇ ਵਧੀ ਜਾਣਾ ਇੱਦਾਂ ਇੱਦਾਂ ਲੇਗਾ ਵਧੀ ਜਾਣਾ ਠੀਕ ਹੈ ਇੱਕ ਹਲਕੀ ਹੋਰ ਅੰਕਲ ਜੀ ਕਿੱਦਾਂ ਠੀਕ ਠਾਕ ਹੋ ਹੈ ਚੜ੍ਹਦੀ ਕਲਾ ਆਪਣਾ ਸਰੀਏ ਦਾ ਤੁਸੀਂ ਪੱਟ ਰਹੇ ਹੋ ਉਹ ਵੀ ਵੇਲੇ ਕਰਦੇ ਨਾਲ ਅੱਛਾ ਜੀ ਅੱਛਾ ਮਾਲੀ ਵੇਲੇ ਕਰਨੀ ਸੀ ਠੀਕ ਹੈ ਤਾਂ ਹੀ ਤਾਂ ਲੱਗ ਹੋਊਗਾ ਪਿੱਛੇ ਮੈਂ ਕੱਟੇ ਉਹਨਾਂ ਤੁਸੀਂ ਜਾਓ ਜਿਹੜੀਆਂ ਰਹਿ ਗਈਆਂ ਮੈਂ ਪੱਟੇ ਉਹਨਾਂ ਪਿੱਛੇ ਹਾਂ ਹੈਨਾ ਪਾਲੀ ਨਹੀਂ ਕਿਹੜਾ ਇਹ ਆਪਾਂ ਰਬੋਜ਼ੋ ਦੇ ਖੇਤ ਪੱਟੇ ਆ ਹਾਂਜੀ ਇਹਦੀ ਪ੍ਰੋਡਕਸ਼ਨ ਪਿਛਲੇ ਸਾਲ ਬਹੁਤ ਜ਼ਿਆਦਾ ਘੱਟ ਹੋਈ ਹੈ ਸਾਰੇ 70 ਕੁਇੰਟਲ ਅੰਗੂਰ ਨਿਕਲੇ ਆ ਪਰ ਹੈਕਟੇਅਰ ਦੇ ਹਿਸਾਬ ਨਾਲ ਨਿਕਲਣਾ ਚਾਹੀਦਾ 140-150 ਅੱਛਾ ਅੱਧੋ ਅੱਧ ਫਰਕ ਪੈ ਗਿਆ ਸਿਰਫ ਬਿਮਾਰੀ ਕਰਕੇ ਅਤੇ ਦੂਜਾ ਇੱਕ ਹੋਰ ਕਾਰਨ ਸੀ ਪਿਛਲੇ ਸਾਲ ਪਾਣੀ ਦਾ ਮੀਂਹ ਨਹੀਂ ਪਏ ਠੀਕ ਹੈ ਅੰਗੂਰ ਬਣਦਾ ਹੀ ਮੀਂਹ ਪਿਆ ਇਹਨੂੰ ਪਾਣੀ ਦਾ ਕੀ ਸਾਧਨ ਜੇ ਪਾਣੀ ਮਤਲਬ ਜੇ ਮੀਂਹ ਨਾ ਪਏ ਪਾਣੀ ਆਪ ਵੀ ਲਾ ਸਕਦੇ ਹੋ ਨਾ ਅੰਡਰਗਰਾਊਂਡ ਅੰਡਰਗਰਾਊਂਡ ਇਹਨਾਂ ਦੇ ਪੈਪਾਂ ਨੇ ਜਿਹੜੇ ਮਨੀ ਕੀਤੇ ਹੁੰਦੇ ਹਨ चलो लो जी आप पहुंच गए खाने वास्ते रोटी रेस्टोरेंट के लखविंदर सिंह आप लैके रेस्टोरेंट रोटी खाने वास्ते इन्हें ऑर्डर किया है पास्ता कारबोनारा अमृतरीशान ਅਤੇ ਹੁਣ ਆਪਾਂ ਖਾਵਾਂਗੇ ਰੋਟੀ ਪਾਣੀ ਉਸ ਤੋਂ ਬਾਅਦ ਚੱਲਾਂਗੇ ਆਪਾਂ ਆਪਣੇ ਘਰ ਨੂੰ ਬਸ ਕਰੋ ਬਸ ਕਰੋ ਬਸ ਕਰੋ ਬਸ ਕਰੋ ਬਸ ਕਰੋ ਸੋ ਯੂ ਗਾਈਜ਼ ਆਪਾਂ ਚੱਲਦੇ ਹਾਂ ਘਰ ਨੂੰ ਆਈ ਹੋਪ ਕਿ ਤੁਹਾਨੂੰ ਆਪਣਾ ਜਿਹੜਾ ਬਲੌਗ ਪਸੰਦ ਆਇਆ ਹੋਊਗਾ ਜੇ ਚੰਗਾ ਲੱਗਿਆ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਿਓ ਕੱਲ੍ਹ ਨੂੰ ਤੁਹਾਨੂੰ ਮਿਲਿਆ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ